लो जी अपने अनमोल संधु चैनल दे विच तुहाडा स्वागत है जी। सो अज आपां देखदे हां कि दुनिया ते हर एक तरह का कलाकार है। सो अज एक नवा कलाकार है जिन्हों असीं मिलन चले हैं। सो इन्हां तों असीं ना गीत सुणांगे, बड़ा वधिया मिठी आवाज़ दे विच ये गीत सुणाउंदे ने, ते आपां कोशिश करिए कि इन्हां दी हैल्प भी जरूर करिए, ये आपकी कला नूं निखार के कला नूं लोकां अगे दिखा के जिहड़ी आपकी पेशकारी दिखाउंदे आ इन्हां दी हैल्प जरूर करिए। आपां किसी भी तरीके नाल मैं इन्हां नूं बेनती करूँगा जिहड़ा गाना सुणाउंगे जी मेरे रश के कमर, ये मेरे रश के कमर जिहड़ा गीत आपां नूं सुणाउणगे। सो आओ आपां इहदा गीत सुणदे हां जी, विधि सत्कार करदे हां। ਕਲਾ ਤੁਹਾਨੂੰ ਕਿੱਥੋਂ ਸਿੱਖੀ ਹੈ ਜੀ? ਇਹ ਸਾਡੇ ਬਚਪਨ ਤੋਂ ਸਿੱਖੀ ਹੋਈ ਹੈ। ਬਚਪਨ ਤੋਂ ਕਲਾ ਸਿੱਖੀ ਹੋਈ ਹੈ? ਸਾਡਾ ਪਿਓ ਵਜਾਉਂਦਾ ਸੀ, ਹੁਣ ਅਸੀਂ ਵਜਾਉਣ ਲੱਗੇ। ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਕਲਾ ਇਹਨਾਂ ਦੀ, ਇਹ ਬਚਪਨ ਤੋਂ ਹੀ ਸਿੱਖੀ ਹੋਈ ਹੈ। ਇਹਨਾਂ ਦੇ ਪਹਿਲਾਂ ਫਾਦਰ ਸਾਹਿਬ ਜਿਹੜੇ ਆ ਉਹ ਇਹ ਕਲਾਕਾਰ ਸੀਗੇ। ਕਿੰਨੀ ਕਲਾ ਇਹਨਾਂ ਦੇ ਹੱਥ 'ਚ ਹੈ ਤੁਸੀਂ ਦੇਖੋ ਕਿ ਇਹਨਾਂ ਕੋਲ ਆਪਦਾ ਹਥਿਆਰ ਹੈ। ਕੀ ਬੋਲਦੇ ਆ ਜੀ ਇਹਨੂੰ? ਰਾਉਂਡ ਸਾਹਿਬ ਬੋਲਦੇ ਆ। ਅੱਛਾ, ਰਾਉਂਡ ਸਾਹਿਬ ਬੋਲਦੇ ਆ ਜੀ। ਅਤੇ ਇਹਨਾਂ ਕੋਲ ਦੇਖੋ ਵੀ ਕਿੰਨੀ ਵਧੀਆ ਕਲਾ ਹੈ ਨਾ। ਇਹਦੇ ਨਾਲ ਇਹ ਕਿੰਨੇ ਤਰ੍ਹਾਂ ਦੇ ਗਾਣੇ ਗਾ ਲੈਂਦੇ ਜੀ, ਕਿੰਨੇ ਤਰ੍ਹਾਂ ਦੀ ਟਿਊਨ ਕੱਢ ਲੈਂਦੇ ਹੋ? ਜਿਹੜੀ ਮਰਜ਼ੀ ਕਿੰਨੇ ਤਰ੍ਹਾਂ ਦੀ ਟਿਊਨ ਕੱਢਦੇ ਹੋ? ਆਪਣਾ ਤੁਹਾਨੂੰ ਇੱਕ ਸਿੱਧੂ ਮੂਸੇਵਾਲੇ ਦਾ ਗੀਤ ਸੁਣਾਉਣੇ ਆ। ਸਿੱਧੂ ਮੂਸੇਵਾਲੇ ਦਾ ਗੀਤ ਕੋਈ ਹੈ ਤੁਹਾਡੇ ਕੋਲ? 295 ਹੋਰ ਕਿਹੜਾ ਤੁਹਾਡੇ ਕੋਲ? ਸਿੱਧੂ ਮੂਸੇਵਾਲੇ ਦਾ ਕੋਈ ਗੀਤ ਨਹੀਂ? ਕਿਹੜੇ ਗੀਤ ਦੀ ਟਿਊਨ ਤੁਹਾਡੇ ਕੋਲ ਹੈਗੀ ਆ? ਆਪ ਕਰ ਦਿਆ ਹਾਂਜੀ, ਕਰ ਦਿਆ ਪੰਜਾਬੀ ਗੀਤ ਆ। ਗੁਰਦਾਸ ਮਾਨ ਸਾਹਿਬ ਦਾ ਗੀਤ ਆ ਜੀ, ਮਾਨ ਸਾਹਿਬ ਦਾ ਗੀਤ ਆ। ਤੁਸੀਂ ਇੱਕ ਮਿੰਟ ਦੇ ਵਿੱਚ ਦੱਸਣਾ ਕਿ ਜਿਹੜਾ ਗੀਤ ਹੈ ਕਿਹੜਾ ਗੀਤ ਹੈ। ਹੁਣ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ, ਗੁਰਦਾਸ ਮਾਨ ਜੀ ਦਾ ਗੀਤ ਹੈ। ਮੈਂ ਫਿਰ ਦੱਸ ਰਿਹਾ ਕਿ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸੋ ਜਿਹੜਾ ਇਹ ਗੀਤ ਹੈ, ਇਹ ਜਿਹੜਾ ਗੀਤ ਹੈ ਉਹਦਾ ਨੇਮ ਜ਼ਰੂਰ ਦੱਸਿਓ ਮੈਨੂੰ। ਅਤੇ ਭਾਜੀ ਇਹ ਧੰਨਵਾਦ ਹੈ ਵੀਰ ਦਾ, ਵੇਖੋ ਕਿੰਨੇ ਵਧੀਆ ਕਲਾਕਾਰ ਨੇ, ਕਿੰਨੀ ਵਧੀਆ ਕਲਾਕਾਰੀ ਰੱਬ ਨੇ ਇਹਨਾਂ ਨੂੰ ਦਿੱਤੀ ਹੈ ਕਿ ਬਚਪਨ ਤੋਂ ਲੈ ਕੇ ਇਹਨਾਂ ਦੇ ਪਿਤਾ ਜੀ ਵੀ ਇਹੀ ਕਲਾ ਨੂੰ ਅੱਗੇ ਲੋਕਾਂ ਤੱਕ ਪ੍ਰਦਰਸ਼ਿਤ ਕਰਦੇ ਸੀ ਅਤੇ ਆਪ ਵੀ ਕਰ ਰਹੇ ਨੇ। ਅਤੇ ਮੈਂ ਕਹਿੰਦਾ ਪਰਮਾਤਮਾ ਅੱਗੇ ਅਰਦਾਸ ਆ ਬਾਬੇ ਨਾਨਕ ਅੱਗੇ ਕਿ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਅਤੇ ਇਹਨਾਂ ਦੀ ਜਿਹੜੀ ਕਲਾ ਇਹਨੂੰ ਸਲਾਮ ਆ ਸਾਡੇ ਵੱਲੋਂ, ਕਿਉਂਕਿ ਕਲਾ ਕਿਸੇ ਦੀ ਹੁੰਦੀ ਹੈ ਅਤੇ ਇਹਨਾਂ ਕੋਲ ਵੀ ਖੁਦ ਦੀ ਕਲਾ ਅਤੇ ਖੁਦ ਆਪਣਾ ਰੁਜ਼ਗਾਰ ਆ ਜਿਹੜਾ ਕਰਦੇ ਨੇ, ਇਹ ਆਪਣਾ ਜਿਹੜਾ ਸਿਸਟਮ ਚਲਾਉਂਦੇ ਨੇ, ਮਿਹਨਤ ਕਰਕੇ ਚਲਾਉਂਦੇ ਨੇ। ਸੁਬਹਾ ਨਿਕਲਦੇ ਹੋ ਤੁਸੀਂ ਅਤੇ ਸ਼ਾਮ ਤੱਕ ਤੁਸੀਂ ਆਪਦੀ ਮਿਹਨਤ ਕਰਕੇ, ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਦਾ ਜਿਹੜਾ ਮਿਹਨਤ ਕਰਕੇ ਕਮਾਉਣਾ ਚਾਹੀਦਾ। ਧੰਨ ਇਹਨਾਂ ਦੇ ਨਾਲ, ਇਹਨਾਂ ਦੇ ਵਾਈਫ ਨੇ ਤੁਹਾਡੇ, ਇਹ ਭੈਣ ਜੀ ਵੀ ਇਹਨਾਂ ਦੇ ਨਾਲ ਨੇ, ਇਹ ਵੀ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਬੜੀ ਮਿਹਨਤ ਦੇ ਨਾਲ ਆਪਦੀ ਕਲਾ ਨੂੰ ਦਿਖਾਉਂਦੇ ਹੋਏ ਲੋਕਾਂ ਤੱਕ ਪਹੁੰਚਦੇ ਨੇ, ਹਰ ਇੱਕ ਗਲੀ ਦੁਕਾਨ ਤੱਕ ਪਹੁੰਚ ਕੇ ਇਹ ਆਪਣਾ ਹੀ ਮਿਹਨਤ ਦੇ ਨਾਲ, ਇਮਾਨਦਾਰੀ ਦੇ ਨਾਲ ਖੂਨ ਪਸੀਨੇ ਦੀ ਕਮਾਈ ਹੈ ਇਹਨਾਂ ਦੀ। ਸੋ ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਮਾਨਦਾਰ ਬਣੀਏ, ਮਿਹਨਤ ਕਰੀਏ। ਸੋ ਇਹਨਾਂ ਦਾ ਧੰਨਵਾਦ। ਸੋ ਨਾ ਭੁੱਲਣਾ ਤੁਸੀਂ ਦੱਸਣਾ ਕਿ ਇੱਕ ਮਿੰਟ ਦੇ ਵਿੱਚ ਜ਼ਰੂਰ ਦੱਸਿਓ ਕਿ ਜਿਹੜਾ ਇਹਨਾਂ ਨੇ ਗੀਤ ਸੁਣਾਇਆ ਸੀ ਗੁਰਦਾਸ ਮਾਨ ਸਾਹਿਬ ਦਾ ਕਿਹੜਾ ਗੀਤ ਸੀ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ।